ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਖਿਲਾਫ਼ ਵੱਡੀ ਮੁਹਿੰਮ ਦੇ ਤਹਿਤ ਥਾਣਾ ਨਿਹਾਲ ਸਿੰਘ ਵਾਲਾ ਦੀ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਜਦੋਂ ਥਾਣਾ ਨਿਹਾਲ ਸਿੰਘ ਵਾਲਾ ਅਧੀਨ ਆਉਂਦੇ ਪਿੰਡ ਮਾਣੂਕੇ ਗਿੱਲ ਵਿੱਚ ਨਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲੇ ਦੋਸ਼ੀ ਨੂੰ ਸ਼ਰਾਬ ਸਮੇਤ ਕਾਬੂ ਕੀਤਾ ਗਿਆ। ਇਸ ਸੰਬੰਧੀ DSP ਮਨਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਥਾਣਾ ਮੁਖੀ ਲਕਸ਼ਮਣ ਸਿੰਘ ਆਪਣੀ ਪੁਲਿਸ ਪਾਰਟੀ ਨਾਲ ਵੱਖ ਵੱਖ ਪਿੰਡਾਂ ਵਿੱਚ ਗਸ਼ਤ ਕਰ ਰਹੇ ਸਨ ਤਾਂ ਉਸ ਸਮੇਂ ਗੁਪਤ ਸੂਚਨਾ ਦੇ ਆਧਾਰ ਉੱਤੇ ਪਿੰਡ ਮਾਣੂਕੇ ਗਿੱਲ ਵਿੱਚ ਛਾਪੇਮਾਰੀ ਕੀਤੀ ਗਈ ਤਾਂ ਜਸਕਰਨ ਸਿੰਘ ਉਰਫ ਜੱਸੀ ਨੂੰ ਟਰੈਕਟਰ ਟਰਾਲੀ 'ਤੇ ਲੱਦੀ 100 ਪੇਟੀ ਹਰਿਆਣਾ ਮਾਰਕਾ ਨਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਗਿਆ। DSP ਮਨਜੀਤ ਸਿੰਘ ਨੇ ਦੱਸਿਆ ਕਿ ਦੋਸ਼ੀ ਖਿਲਾਫ਼ ਪਹਿਲਾਂ ਵੀ ਨਜਾਇਜ਼ ਸ਼ਰਾਬ ਵੇਚਣ ਦੇ 8 ਮਾਮਲੇ ਦਰਜ ਨੇ ਅਤੇ ਅੱਜ ਫੜੀ ਗਈ ਸ਼ਰਾਬ ਸੰਬੰਧੀ ਐਕਸਾਈਜ਼ ਐਕਟ ਅਧੀਨ ਦੋਸ਼ੀਆਂ ਖਿਲਾਫ਼ ਪਰਚਾ ਦਰਜ ਕੀਤਾ ਗਿਆ। ਉਹਨਾਂ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ ਫੜੀ ਗਈ ਸ਼ਰਾਬ ਸਮੇਤ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਦੋਸ਼ੀ ਦਾ ਰਿਮਾਂਡ ਲੈ ਕੇ ਇਸ ਸੰਬੰਧੀ ਹੋਰ ਪੁੱਛਗਿੱਛ ਕੀਤੀ ਜਾਵੇਗੀ। ਮਾਨਯੋਗ SSP ਸਾਹਿਬ ਸਰਦਾਰ ਅਮਰਜੀਤ ਸਿੰਘ ਬਾਜਵਾ ਦੁਆਰਾ ਅਤੇ ਸਰਦਾਰ ਹਰਿੰਦਰਪਾਲ ਸਿੰਘ ਪਰਮਾਰ ਸਾਹਿਬ ਦੀ SP ਇਨਵੈਸਟੀਗੇਸ਼ਨ ਦੁਆਰਾ ਨਸ਼ਿਆਂ ਦੇ ਵਿਰੁੱਧ ਵਿੱਢੀ ਗਈ ਮੁਹਿੰਮ ਦੇ ਅਧੀਨ ਥਾਣਾ ਨਿਹਾਲ ਸਿੰਘ ਵਾਲੇ ਦੇ ਪੁਲਿਸ ਨੂੰ ਉਦੋਂ ਬਹੁਤ ਵੱਡੀ ਕਾਮਯਾਬੀ ਮਿਲੀ ਜਦੋਂ SHO ਸ਼੍ਰੀ ਲਕਸ਼ਮਣ ਸਿੰਘ ਦੀ ਜੇਰੇ ਸਰਕਰਦਗੀ ਇੱਕ ਜੱਸੀ ਪਿੰਡ ਮਾਣੂਕੇ ਤੋਂ ਟਰੈਕਟਰ ਟਰਾਲੀ ਦੇ ਵਿੱਚ ਜੋ 500 ਪੇਟੀ ਹਰਿਆਣਾ ਦੀ ਸ਼ਰਾਬ ਲੈ ਕੇ ਜਾ ਰਿਹਾ ਸੀ ਅਤੇ ਉਹਨੂੰ ਕਾਬੂ ਕੀਤਾ ਗਿਆ। ਦੋਸ਼ੀ ਨੂੰ ਗ੍ਰਿਫਤਾਰ ਮੌਕੇ 'ਤੇ ਕਰ ਲਿਆ ਜੀ? ਦੋਸ਼ੀ ਕਰ ਲਿਆ ਜੀ। ਇਹਦੇ 'ਤੇ ਪਹਿਲਾਂ ਵੀ ਕੋਈ ਪਰਚਾ ਦਰਜ ਆ? ਇਹਦੇ 'ਤੇ ਪਹਿਲਾਂ ਵੀ ਪੜਤਾਲ ਰਿਕਾਰਡ ਥਾਣਾ ਤੋਂ ਇਹਦੇ 'ਤੇ ਪਹਿਲਾਂ ਵੀ 8 ਦੇ ਲਗਭਗ ਮੁਕੱਦਮੇ ਦਰਜ। ਉਹ ਨਸ਼ੇ ਅਤੇ ਸ਼ਰਾਬ ਸੰਬੰਧੀ ਹੈ? ਇਸੇ ਨਜਾਇਜ਼ ਸ਼ਰਾਬ ਸੰਬੰਧੀ। ਹੁਣ ਕਿੰਨੀਆਂ ਪੇਟੀਆਂ ਸ਼ਰਾਬ ਦੀਆਂ ਬਰਾਮਦ ਹੋਈਆਂ? ਅਤੇ ਹੁਣੇ ਤੋਂ 500 ਪੇਟੀ ਹਰਿਆਣਾ ਮਾਰਕਾ ਸ਼ਰਾਬ ਬਰਾਮਦ ਹੋਈ ਹੈ। ਅਤੇ ਕਿਹੜੀਆਂ ਕਿਹੜੀਆਂ ਧਾਰਾਵਾਂ ਅਧੀਨ ਕੇਸ ਦਰਜ ਕੀਤੇ? ਇਹਦੇ 61 ਐਕਸਾਈਜ਼ ਐਕਟ ਦੇ ਅਧੀਨ ਇਹਦੇ 'ਤੇ ਮੁਕੱਦਮਾ ਦਰਜ ਕੀਤਾ ਗਿਆ। ਸ਼ਰਾਬ ਤੋਂ ਬਿਨਾਂ ਕੁਛ ਹੋਰ ਵਗੈਰਾ ਕੋਈ ਇਤਰਾਜੋਗ ਚੀਜ਼ ਥੋੜ੍ਹੀ ਹੋਵੇ? ਇਹ ਬਾਕੀ ਇਨਵੈਸਟੀਗੇਸ਼ਨ ਦਾ ਪਾਰਟ ਆ ਅਤੇ ਪੁਲਿਸ ਰਿਮਾਂਡ ਲੈ ਕੇ ਇਹਦੀ ਤਹਿ ਤੱਕ ਇਹਦੀ ਪੂਰੀ ਘੋਖ ਕੀਤੀ ਜਾਊਗੀ। ਥੈਂਕ ਯੂ। ਆਵਾਜ਼ੀ ਕੰਮ TV ਲਈ ਮੋਗਾ ਤੋਂ ਚਮਕੌਰ ਸਿੰਘ ਲੋਪੋ ਦੀ ਰਿਪੋਰਟ।